ਹਾਂਜੀ ਮਿੱਤਰੋ, ਕੀ ਹਾਲ ਆ? ਅੱਜ ਦੇ ਵਲੋਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ। ਅੱਜ ਅਸੀਂ ਚੱਲੇ ਹੈਗੇ ਹਾਂ ਮਾਲਪੁਰ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣ। ਹਜੇ ਤਾਂ ਜਾਣੀ ਲਰਨਿੰਗ ਦਾ ਹੀ ਬਣਨਾ, ਕਿਉਂਕਿ ਅਜੇ ਹੁਣ ਹੋਈ ਆ 18 ਸਾਲਾਂ ਦੀ। ਤਾਂ ਹੁਣ ਚੱਲੇ ਹਾਂ ਸ਼ਹਿਰ ਵੱਲ ਨੂੰ ਲਾਇਸੈਂਸ ਬਣਵਾਉਣ। ਤਾਂ ਚਲੋ ਫਿਰ ਬਲੌਗ ਦੇ ਨਾਲ ਜੁੜੇ ਰਹੋ, ਆਪਾਂ ਚੱਲਦੇ ਹਾਂ ਮਾਲਪੁਰ ਨੂੰ। ਹਾਂਜੀ ਅਸੀਂ ਜਾਂਦੇ ਪਏ ਹਾਂ ਜੀ ਮਾਲਪੁਰ ਨੂੰ। ਆਪਾਂ ਜਾਣਾ ਹੈਗਾ ਦੀਪੂ ਭਾਜੀ ਕੋ, ਜੋ ਕਿ ਸਾਡੇ ਪਿੰਡ ਦੇ ਹੀ ਆ, ਅਤੇ ਉਹ ਕਰਦੇ ਆ ਕਿ ਕੈਫੇ ਦਾ ਕੰਮ। ਅਤੇ ਆਪਾਂ ਬਸ ਉਹਨਾਂ ਕੋਲ ਜਾਣਾ ਵਾ, ਅਤੇ ਉਹਨੇ ਸਾਡਾ ਅਪਲਾਈ ਕਰ ਦੇਣਾ ਵਾ, ਜੋ ਕੁਛ ਵੀ ਜਾਣੀ ਕਰਨਾ ਹੋਊਗਾ। ਆਧਾਰ ਕਾਰਡ ਆਪਾਂ ਨਾਲ ਲੈ ਚੱਲੇ ਹਾਂ, ਅਤੇ ਫੋਨ ਨੰਬਰ ਵੀ ਜਿਹਦੇ ਨਾਲ ਲਿੰਕ ਉਹ ਵੀ ਲੈ ਕੇ ਚੱਲੇ ਹਾਂ। ਤਾਂ ਚਲੋ ਫਿਰ ਆਪਾਂ ਜਾਂਦੇ ਪਏ ਹਾਂ। ਲਓ ਬਈ ਪਹੁੰਚ ਚੁੱਕੇ ਹਾਂ ਦੀਪੂ ਭਾਜੀ ਕੋ, ਅਤੇ ਹੁਣ ਬਣਾਵਾਂਗੇ ਡਰਾਈਵਿੰਗ ਲਾਇਸੈਂਸ ਆਪਣਾ। ਹੋਰ ਭਾਜੀ? ਬਹੁਤ ਵਧੀਆ ਭਾਜੀ। ਚਲੋ ਫਿਰ ਹੁਣ ਕੰਮ ਤਾਂ ਆਪਣਾ ਕਰਾ ਲਈਏ, ਫਿਰ ਮਿਲਦੇ ਹਾਂ। ਲਓ ਜੀ ਸਾਡਾ ਲਾਨੀ ਦਾ ਲਾਇਸੈਂਸ ਜਿਹੜਾ ਬਣ ਗਿਆ ਵਾ, ਅਤੇ ਆ ਭਾਜੀ ਹੁਣਾਂ ਦਾ ਧੰਨਵਾਦ ਆ। ਜੋਤੀ ਵੀਰ ਦਾ ਲਾਇਸੈਂਸ ਬਣ ਗਿਆ ਜੀ, ਲਾਨੀ ਹੁਣ ਜੋਤੀ ਵੀਰ ਸੋਮਵਾਰ। ਹਾਂਜੀ ਮਿੱਤਰੋ, ਅਸੀਂ ਬਣਵਾ ਕੇ ਆ ਗਏ ਹਾਂ, ਅਤੇ ਬਸ ਲਰਨਿੰਗ ਦਾ ਬਣ ਗਿਆ ਵਾ। ਹਾਂਜੀ ਮਿੱਤਰੋ, ਅਸੀਂ ਚੱਲ ਗਏ ਘਰ ਨੂੰ, ਉਸ ਤੋਂ ਬਾਅਦ ਆਪਾਂ ਜਾ ਕੇ ਕੀਤੀ ਰੈਸਟ, ਅਤੇ ਹੁਣ ਚੱਲੇ ਹਾਂ ਮਾਲਪੁਰ ਨੂੰ। ਘਰ ਦੇ ਕਹਿੰਦੇ ਖਾਣ ਪੀਣ ਨੂੰ ਲਿਆਓ ਕੁਝ, ਅਤੇ ਆਪਾਂ ਨਾਲੇ ਤੇਲ ਪਵਾਉਣਾ ਮੋਟਰਸਾਈਕਲ 'ਚ। ਪਹਿਲਾਂ ਚਲੋ ਤੇਲ ਪਵਾਉਂਦੇ ਹਾਂ, ਤਾਂ ਫਿਰ ਲਿਆਵਾਂਗੇ ਕੁਝ ਖਾਣ ਪੀਣ ਨੂੰ। ਚਲੋ ਫਿਰ ਹੁਣ ਚੱਲਦੇ ਹਾਂ। ਮਿੱਤਰੋ ਵੋਟਾਂ ਆਉਣ ਕਰਕੇ ਆ ਬੱਸਾਂ ਬੁੱਸਾਂ ਜੀਆਂ ਖੜੀਆਂ ਹੈ ਯਾਰ, ਤਾਂ ਰੱਛ ਬਹੁਤ ਹੋਣਾ ਜਮਾਲਪੁਰ 'ਚ। ਆਰਮੀ ਆਫਿਸਰ ਵੀ ਪਹੁੰਚੇ ਹੋਏ ਆ। ਰੱਛ ਬਹੁਤ ਆ ਜੀ। ਵੋਟਾਂ ਚੱਲ ਰਹੀਆਂ ਕਾਲਜ ਦੇ ਵਿੱਚ। ਕੱਲ੍ਹ ਨੂੰ ਵੋਟਾਂ ਆਉਣੀਆਂ, ਤਾਂ ਕਰਕੇ ਕਾਲਜ ਦੇ ਵਿੱਚ ਅੱਜ ਆ ਕੇ ਉਹਨੀ ਤਿਆਰੀ ਕਰਨੀ ਆ ਸਾਰੀ। ਲਓ ਵੀ ਤੇਲ ਪਵਾ ਲਿਆਂਦਾ ਵਾ, ਹੁਣ ਚੱਲਦੇ ਹਾਂ ਕਿਸੇ ਪਾਸੇ ਨੂੰ, ਖਾਣ ਪੀਣ ਨੂੰ ਲੈ ਕੇ ਜਾਂਦੇ ਹਾਂ ਕੁਝ। ਤਾਂ ਚਲੋ ਫਿਰ ਚੱਲੀਏ। ਲਓ ਵੀ ਆਪਾਂ ਲੱਗੇ ਹਾਂ ਬਰਗਰ ਕਰਾਉਣ, ਅਤੇ ਚਾਪਾਂ ਤਾਂ ਮਿਲੀਆਂ ਨਹੀਂ, ਇਸ ਕਰਕੇ ਬਰਗਰ ਲੱਗੇ ਹਾਂ ਕਰਾਉਣ। ਲਓ ਬਈ ਆਪਾਂ ਬਰਗਰ ਲੈ ਕੇ ਚੱਲੇ ਹੈਗੇ ਹਾਂ ਘਰ ਨੂੰ, ਅਤੇ ਬਸ ਸ਼ਾਮ ਨੂੰ ਦੇਖਦੇ ਹਾਂ। ਅੱਜ ਕਰਦੇ ਹਾਂ ਪਾਰਕ ਦਾ ਕੰਮ, ਅਤੇ ਉਹਨੂੰ ਗੁੱਡ ਕੇ ਲਿਆਉਂਦੇ ਸ਼ਾਮ ਨੂੰ ਬੂਟੇ, ਅਤੇ ਬਾਕੀ ਦੇਖੋ ਕਿਆ ਬਣਦਾ। ਫਿਲਹਾਲ ਮੇਲਾ ਦਾ 3 ਜਾਂ 4 ਲੱਗੇ ਆ ਵੱਜਣ। ਧੁੱਪ ਬਹੁਤ ਜ਼ਿਆਦਾ ਗਰਮੀ ਹੋਈ ਜੋ ਆ, ਅਤੇ ਲੋਕ ਖੇਤਾਂ ਨੂੰ ਅੱਗ ਲਾਉਣੋਂ ਨਹੀਂ ਹਟਦੇ ਯਾਰ, ਇਸ ਕਰਕੇ ਗਰਮੀ ਹੋਈ ਜੋ ਜ਼ਿਆਦਾ। ਤਾਂ ਬਾਕੀ ਗਲੋਬਲ ਵਾਰਮਿੰਗ ਦਾ ਤੁਹਾਨੂੰ ਪਤਾ ਹੀ ਆ, ਦਰੱਖਤ ਜਦ ਵੱਢੀ ਜਾਣੇ ਆ ਲਾਉਣੇ ਹੈ ਨਹੀਂ ਗੇ, ਤਾਂ ਗਰਮੀ ਵੀ ਵਧਣੀ ਆ। ਗਰਮੀ ਬਹੁਤ ਜ਼ਿਆਦਾ ਵਾ ਮਿੱਤਰੋ, ਥੋੜ੍ਹੇ ਜਿਹਾ ਸੰਭਲ ਕੇ ਰਿਹਾ, ਮੈਂ ਵੀ ਬਿਮਾਰ ਹੋਇਆ ਸੀ ਗਰਮੀ ਕਰਕੇ। ਤਾਂ ਬਸ ਹੁਣ ਜਾਂਦੇ ਪਏ ਹਾਂ ਘਰ ਨੂੰ,
ਘਰ ਜਾ ਕੇ ਆਰਾਮ ਨਾਲ ਕੂਲਰ ਥੱਲੇ ਬਹਿ ਜਾਣਾ ਆ, ਠੰਡੀ ਹਵਾ ਅਤੇ ਬਸ ਚਲੋ। ਹਾਂਜੀ ਮਿੱਤਰੋ, ਇਹ ਹੈਗਾ ਦੂਜਾ ਦਿਨ ਅਤੇ ਅੱਜ ਅਸੀਂ ਚੱਲੇ ਹੈਗੇ ਹਾਂ ਸਭ ਤੋਂ ਪਹਿਲਾਂ ਨਹਾਉਣ ਮੋਟਰ 'ਤੇ। ਅੱਜ ਸ਼ਾਇਦ ਕੰਮ 'ਤੇ ਨਾ ਜਾਈਏ, ਕੱਲ੍ਹ ਸ਼ਾਮੀ ਕੰਮ 'ਤੇ ਚਲੇ ਗਏ ਸੀਗੇ ਤਾਂ ਕਰਕੇ ਨਹੀਂ ਫਿਰ ਬਲੌਗ ਅੱਗੇ ਕੰਟੀਨਿਊ ਹੋਇਆ। ਹੁਣ ਅਸੀਂ ਆਏ ਹੈਗੇ ਹਾਂ ਰੋਮਿਤ ਦੇ ਘਰੇ, ਇਹਨੂੰ ਲੈਣ ਅਤੇ ਨਹਾਉਣ ਚੱਲੇ ਹਾਂ। ਅਤੇ ਜਗਾੜ ਮੈਟ ਆਪਣਾ ਸਾਰਾ ਕੋਲ ਵਾ, ਆਹ ਸਿਰਫ ਟੈਂਪਰੇਰੀ ਬੰਨੀ ਤਾਂ ਹੁੰਦਾ ਵਾ, ਬਾਕੀ ਟਾਈਮ ਅਸੀਂ ਪਰਨਾ ਹੀ ਬੰਨੀ ਦਾ ਆ। ਤਾਂ ਤੁਸੀਂ ਵੀ ਜਦੋਂ ਬੰਨਣਾ ਹੁੰਦਾ ਟੈਂਪਰੇਰੀ ਬੰਨਿਆ ਕਰੋ। ਲਓ ਵੀ ਆਪਾਂ ਪਹੁੰਚ ਗਏ ਹਾਂ ਅਤੇ ਰੋਮਿਤ ਲਾ ਪਿਆ ਨਹਾਉਣ, ਉਹ ਕੱਪੜੇ ਖੋਲ੍ਹਦੇ ਸਾਰੇ ਹੀ। ਆਹ ਮੁੰਡਾ ਕਹਿੰਦਾ ਨਹਾਉਣਾ ਨਹੀਂ, ਗੱਗੀ ਹੋਣਾ ਦੇ ਆਇਆ ਜੀ, ਛੋਟੇ ਗੱਗੀ ਹੋਣਾ ਦੇ। ਅਤੇ ਆਪਾਂ ਹੁਣ ਲੱਗੇ ਹਾਂ ਬਸ ਨਹਾਉਣ, ਤਾਂ ਮੁੰਡਾ ਹੁਣ ਇਹ ਬਲੌਗ ਸ਼ੂਟ ਕਰੂਗਾ ਸਾਡਾ, ਠੀਕ ਆ ਜੀ। ਚਿੱਲ ਫਨ ਆ ਇਹ ਤਾਂ ਹਜੇ ਉੱਦਾਂ ਹੀ ਆ, ਟੈਂਪਰੇਰੀ ਆ, ਕਿਸੇ ਦਿਨ ਟਰਾਲੀ ਭਰਨੀ ਆਪਾਂ ਨੇ, ਫਿਰ ਦੇਖਾਂਗੇ। ਚਲੋ ਹੁਣ ਨਹਾ ਦਈਏ। ਲਓ ਵੀ ਆਪਾਂ ਨਹਾ ਕੇ ਆ ਚੁੱਕੇ ਹਾਂ ਅਤੇ ਰੋਮੀ ਜੀ ਸਾਡੇ ਦੇ ਨਾਲ ਹੈਗੇ ਆ। ਸਾਰਿਆਂ ਨੇ ਸਿਰ ਸੁਰ ਵੇਲੇ ਕਰ ਲਏ ਸੀਗੇ, ਹੁਣ ਜਾ ਕੇ ਸੁਕਾ ਲੈਣੇ ਆ, ਕੱਲ੍ਹ ਨੂੰ ਨਹਾਵਾਂਗੇ ਐਤਵਾਰ ਨੂੰ। ਤਾਂ ਬਸ ਅੱਜ ਦੇ ਦਿਨ ਦੇਖੋ ਫਿਰ ਹੁਣ ਕਿਆ ਹੁੰਦਾ ਵਾ, ਕੰਮ ਤੋਂ ਤਾਂ ਹਜੇ ਆਇਆ ਨਹੀਂ ਫੋਨ, ਦੇਖਦੇ ਹਾਂ ਕਿਆ ਹੁੰਦਾ, ਮਿਲਦੇ ਹਾਂ ਫਿਰ। ਸਾਡੇ ਵੀਰੋ ਗੱਗੀ ਜੀ ਪਾਣੀ ਲਾਉਂਦੇ ਹੋਏ ਮੱਕੀ ਨੂੰ ਬਜਾ ਲਈ ਆ ਮੁੰਡੇ ਨੇ ਮੱਕੀ, ਅਤੇ ਅਸੀਂ ਆਏ ਹਾਂ ਨਹਾ ਕੇ ਅਤੇ ਲੱਗਾ ਆ ਪਾਣੀ ਲਾਉਣ। ਦੇਖ ਲਓ ਜ਼ਿਮੀਂਦਾਰਾਂ ਦੀ ਲਾਈਫ, ਧੁੱਪ 'ਚ ਕੰਮ ਕਰਨਾ ਪੈਂਦਾ ਵਾ, ਠੀਕ ਆ ਜੀ। ਸਿਖਰ ਦੁਪਹਿਰਾ ਟਿਕਣ ਨੂੰ ਫਿਰਦਾ ਅਤੇ ਗਰਮੀਆਂ 'ਚ ਇੱਦਾਂ ਪਾਣੀ ਲਾਉਣੇ ਪੈਂਦੇ ਆ। ਹਾਂਜੀ ਮਿੱਤਰੋ, ਹੁਣ ਅਸੀਂ ਹੈਗੇ ਹਾਂ ਸੌਂ ਕੇ ਉੱਠੇ ਅਤੇ ਸਾਨੂੰ ਆਉਂਦੇ ਸਾਰੇ ਛੱਬੋ ਮਿਲ ਗਿਆ ਅਤੇ ਕਹਿੰਦਾ ਅਸਲੇ ਨਾਲ ਫੋਟੋਆਂ ਕਰਾ ਲਓ। ਤਾਂ ਛੱਬੋ ਇੱਧਰ ਨੂੰ ਮੂਥਾ ਕਰ ਬਈ, ਇਹ ਕਹਿੰਦਾ ਫੋਟੋਆਂ ਕਰਾਉਣੀਆਂ ਆ ਅਤੇ ਮੈਂ ਵੀ ਕਰਾ ਲਿਆਉਂਗਾ, ਫਿਰ ਇੰਸਟਾਗ੍ਰਾਮ 'ਤੇ ਪੋਸਟ ਕਰਾਂਗੇ, ਦੇਖ ਲਿਓ ਜਾ ਕੇ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ। ਅਤੇ ਹੁਣ ਲੱਗਾ ਰੋਮੀ ਨੂੰ ਫੋਨ ਕਰਨ, ਚੱਲਦੇ ਹਾਂ ਪਹਿਲਾਂ ਤਾਂ ਫੋਟੋਆਂ ਕਰਾਉਣੀ ਚੱਲ ਗਏ। ਲਓ ਵੀ ਖੇਤਾਂ 'ਚ ਪਹੁੰਚ ਚੁੱਕੇ ਹਾਂ ਅਤੇ ਛੱਬੋ ਜੀ ਸਾਡੇ ਪਾਣੀ ਪੀ ਕੇ ਹਟੇ ਆ, ਤਾਂ ਫਿਰ ਬਾਅਦ 'ਚ ਕਰਦੇ ਹਾਂ ਕੰਮ ਸ਼ੂਟਿੰਗ ਵਾਲਾ, ਫਿਰ ਦੇਖਦੇ ਹਾਂ ਕੀ ਬਣਦਾ। ਲਓ ਜੀ ਰੋਮਿਤ ਵੀ ਪਹੁੰਚ ਚੁੱਕਾ ਸਾਡੇ ਵਿਚਕਾਰ, ਛੱਡ ਤੇਰੀ ਵੋਟ ਨਾਲ ਕਿਹੜਾ ਕੁਛ ਹੋਣ ਲੱਗਾ, ਚਲਾ ਜੋ ਤੇਰੀ। ਲਓ ਵੀ ਦੇਖੋ ਅਸਲਾ ਆ ਗਿਆ ਬਾਹਰ ਨੂੰ, ਹੁਣ ਕਰਾਣੀ ਫੋਟੋ, ਚਲਾ ਜੋ ਇੱਧਰ, ਮੈਂ ਫੋਟੋ ਕਰਾਣੀ, ਛੇਤੀ ਆ ਜਾ ਯਾਰ। ਆਹ ਕਿੱਥੋਂ ਆ ਗਿਆ ਜੀ ਪਾਕਿਸਤਾਨੀ ਸਾਡੇ ਵਾਲਾ, ਪਾਕਿਸਤਾਨੀ ਪਹੁੰਚ ਚੁੱਕਿਆ ਜੀ ਸਾਡੇ ਵਾਲਾ, ਪਠਾਨੀ ਉਹ ਸਾਲਿਆ ਪ੍ਰੈਸ਼ਰ ਭਰਿਆ ਆ। ਆ ਲਓ ਜੀ ਮੁੰਡਾ ਪੰਗਾ ਲੈਂਦਾ, ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਗੱਗੀ ਜੀ ਜਿੰਨ ਲੈ ਕੇ, ਤੇ ਆਪਾਂ ਚਲੇ ਹੈਗੇ ਆ ਕੋਰਟ ਨੂੰ ਸਪਰੇ ਵਾਲਾ ਪੰਪ ਲੈਣ, ਠੀਕ ਆ ਜੀ। ਸਪਰੇ ਕਰਨੀ, ਚਲੋ ਚਲੀਏ। ਸਾਡੇ ਗੱਗੀ ਜੀ ਆਪਾਂ ਚੱਲੇ ਆ ਕੋਰਟ ਨੂੰ, ਕੋਰਟ ਦੂਰ ਹੋ ਆ, ਫੇਰ ਕੀ ਹੋਇਆ ਯਾਰ, ਸਾਲਿਆਂ ਨੇ 120 ਤੇ ਲਾ ਲਈ ਗਲਾ ਦੀ ਮੈਨੂੰ ਗੱਡੀ, ਫਿਰ ਉਹ ਕੰਨ ਤੁਰ ਕੇ ਹੋ ਜਾਵਾਂ ਹੁਣ।
ਮੈਂ ਤੇ ਰੋਮਿਤ ਬੈਠੇ ਆ ਜੀ ਗੱਡੀ ਚ ਤੇ ਸ਼ਬੋ ਦੇ ਗੱਗੀ ਗਏ ਹੋਏ ਆ, ਆਪਾਂ ਬਸ ਗੱਡੀ ਚ ਬੈਠੇ ਆ, ਕੋਟ ਪਹੁੰਚ ਚੁੱਕੇ ਆ ਤੇ ਅਸੀਂ ਕਿ ਚੱਲ ਇੱਥੇ ਬਹਿ ਲੈਂਦੇ ਆ ਗੱਡੀ ਚ, ਅਸੀਂ ਕੀ ਕਰਨ ਜਾਣਾ ਜੀ। ਠੀਕ ਆ ਜੀ, ਆਏ ਆ ਜੀ ਘੁੰਮਣ ਫਿਰਨ, ਬਸ ਪੰਪ ਲਿਜਾਣਾ ਮੁੰਡੇ ਨੇ ਸਪਰੇ ਵਾਲਾ। ਠੀਕ ਆ ਜੀ, ਲਓ ਬਈ ਪੰਪ ਕਰ ਲਿਆ ਸਲੈਕਟ ਮੁੰਡੇ ਨੇ, ਚੈੱਕ ਵੀ ਕਰ ਲਿਆ ਬਾਈ ਨੀ, ਤੇ ਮੈਂ ਹੁਣ ਆਇਆ ਵਾ ਇੱਧਰ ਨੂੰ, ਚੱਲਦੇ ਆ ਫਿਰ ਹੁਣ ਪੰਪ ਲੈ ਲਿਆ ਬਾਈ ਨੇ, ਪੈਸੇ ਫੜਾਉਣ ਗਿਆ ਅੰਦਰ ਤੇ ਚਲੋ ਚੱਲਦੇ ਆ। ਲਓ ਬਈ ਆਪਾਂ ਆ ਗਏ ਆ ਪਿੰਡ ਤੇ ਛੱਬੋ ਵੀ ਚੱਲਾ ਘਰ ਨੂੰ, ਆਪਾਂ ਵੀ ਚੱਲੇ ਆ ਹੁਣ ਘਰ ਨੂੰ, ਫੇਰ ਦੇਖਦੇ ਆ ਕਿਆ ਬਣਦਾ, ਨਹਾਈ ਧੋਈ ਕਰਕੇ ਫੇਰ ਦੇਖਦੇ। ਹਾਂਜੀ ਮਿੱਤਰੋ, ਰੋਟੀ ਰੋਟੀ ਖਾ ਕੇ ਆਪਾਂ ਲਾਈਆਂ ਸੀ ਆਈਟਾਂ ਤੇ ਰੋਹਿਤ ਜੀ ਜਾ ਰਹੇ ਨੇ, 8 ਵਜੇ ਆ ਹਜੇ ਤੇ ਬਸ ਅੱਜ ਦੇ ਵਲੋਗ ਦੇ ਵਿੱਚ ਬਸ ਇੰਨਾ ਹੀ, ਮਾਰੂ ਸਾਲੇ ਦੇ ਕੰਮ ਤੇ ਹਟਦਾ ਹੀ ਨੀ, ਅੱਜ ਦੇ ਵਲੋਗ ਦੇ ਵਿੱਚ ਬਸ ਇੰਨਾ ਹੀ ਜੇ ਵਲੋਗ ਵਧੀਆ ਲੱਗੇ। ਹਟ ਜਾ, ਚੱਲ ਪਹਿਲਾਂ ਇਹਨੂੰ ਭੇਜ ਗਈ ਉਹ ਹੋਣਾ। ਕੋਈ ਨੀ ਲੋਕ ਲਾ ਲੈਣੇ ਆ ਤੇ ਅੱਜ ਦੇ ਵਲੋਗ ਦੇ ਵਿੱਚ ਬਸ ਇੰਨਾ ਹੀ, ਜੇ ਵਲੋਗ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਵੀ ਕਰ ਦਿਓ, ਮਿਲਦੇ ਆ ਕਿਸੇ ਹੋਰ ਵਲੋਗ ਦੇ ਵਿੱਚ, ਬਾਏ ਬਾਏ।